ਸਾਡੇ ਨਾਲ ਇਸ ਵੇਲੇ ਬ੍ਰਮਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਐਮ ਪੀ ਰਮੇਸ਼ਵਰ ਸੰਘਾ ਜੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸੰਘਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜਗਬਾਣੀ ਟੀ ਵੀ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਇੱਥੇ ਮੈਨੂੰ ਪੇਸ਼ ਹੋਣ ਦਾ, ਤੁਹਾਡੇ ਨਾਲ ਸਾਹਮਣੇ ਔਰ ਤੁਹਾਡੇ ਸਰੋਤਾਂ ਦੇ ਸਾਹਮਣੇ, ਬਹੁਤ ਬਹੁਤ ਮਿਹਰਬਾਨੀ ਜੀ। ਸੰਘਾ ਸਾਹਿਬ, ਕੈਨੇਡਾ ਦੀ ਧਰਤੀ 'ਤੇ ਜਿੰਨੇ ਪੰਜਾਬੀ ਵੱਸਦੇ ਆ ਤੁਹਾਡੇ ਨਾਂ ਤੋਂ ਵਾਕਫ ਹੈਗੇ ਨੇ, ਪਰ ਅੱਜ ਤੁਹਾਡਾ ਇੰਟਰਵਿਊ ਜਿਹੜਾ ਵਰਲਡ ਵਾਈਡ ਵੇਖਿਆ ਜਾਣਾ ਹੈ, ਸੁਭਾਵਿਕ ਤੌਰ 'ਤੇ ਜਿਹੜੇ ਤਮਾਮ ਇੰਡੀਅਨਸ ਹੈਗੇ ਨੇ, ਦੁਨੀਆ ਦੇ ਕੋਨੇ ਕੋਨੇ 'ਚ ਵੱਸਦੇ ਨੇ, ਇੰਡੀਆ 'ਚ ਵੱਸਦੇ ਨੇ, ਉਹਨਾਂ ਨੇ ਵੀ ਵੇਖਣਾ ਹੈ। ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਤਾਰਫ ਕਰਵਾਓ ਕਿ ਤੁਸੀਂ ਪੰਜਾਬ ਤੋਂ ਕਿੱਥੋਂ ਸੰਬੰਧ ਰੱਖਦੇ ਹੋ। ਪੰਜਾਬ ਤੋਂ ਜੀ, ਮੇਰਾ ਪਿੰਡ ਜੰਡੂ ਸਿੰਘ ਦੇ ਨਾਲ ਹੀ ਆ, ਲੇਸੜੀ ਵਾਲਾ ਪਿੰਡ, ਉੱਥੋਂ ਮੈਂ, ਉੱਥੇ ਮੇਰੀ ਰਿਹਾਇਸ਼, ਮਤਲਬ ਬਚਪਨ ਦੀ ਰਿਹਾਇਸ਼ ਬਹੁਤਾ ਉੱਥੇ ਗੁਜ਼ਰੀ ਆ, ਅਤੇ ਉਸ ਤੋਂ ਬਾਅਦ 10ਵੀਂ ਕਰਨ ਤੋਂ ਬਾਅਦ ਮੈਂ ਏਅਰਫੋਰਸ ਜੁਆਇਨ ਕਰ ਲਈ ਸੀ ਜੀ, ਇੰਡੀਅਨ ਏਅਰਫੋਰਸ, ਅਤੇ ਉੱਥੋਂ ਮੈਂ ਪੈਨਸ਼ਨਰ ਰਿਹਾ ਜੀ ਇੰਡੀਅਨ ਏਅਰਫੋਰਸ ਤੋਂ। ਕੈਨੇਡਾ ਆਉਣ ਦਾ ਸਬੱਬ ਕਿੱਦਾਂ ਬਣਿਆ ਸੰਘਾ ਸਾਹਿਬ? ਕੈਨੇਡਾ ਜੀ, ਜਦੋਂ ਮੈਂ ਪੈਨਸ਼ਨ ਕਰਨ ਤੋਂ, ਮੈਂ ਲਾਅ ਉੱਥੇ ਕਰ ਲਿਆ ਸੀ ਡਿਊਰਿੰਗ ਮਾਈ ਸਰਵਿਸ ਏਅਰਫੋਰਸ 'ਚ, ਫਿਰ ਮੈਂ ਉੱਥੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਜਲੰਧਰ ਡਿਸਟ੍ਰਿਕਟ ਬਾਰ 'ਚ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਨਾਲ ਰਜਿਸਟਰਡ ਹਾਂ ਮੈਂ ਹਾਲੇ ਵੀ। ਉਹ ਤੋਂ ਬਾਅਦ ਪ੍ਰੈਕਟਿਸ ਕਰਦੇ ਕਰਦੇ ਫਿਰ ਕੁਛ ਉੱਥੇ ਦੇ ਹਾਲਤ ਉਦੋਂ ਇੱਦਾਂ ਹੀ ਸੀ ਜੀ, ਠੀਕ ਨਹੀਂ ਸੀ, ਸੁਹਾਣੇ ਨਹੀਂ ਸੀ, ਬਹੁਤ ਹੀ ਜ਼ਿਆਦਾ ਖਰਾਬ ਸੀ, ਕੁਛ ਇਹਨਾਂ ਹਾਲਤਾਂ ਕਰਕੇ ਕੁਝ ਦਿਮਾਗ ਦੇ ਵਿੱਚ ਆਉਂਦਾ ਸੀ ਕਿ ਚਲੋ ਕੈਨੇਡਾ ਦਾ ਨਾਮ ਬਹੁਤ ਸੁਣੀਦਾ ਸੀ ਕਿ ਉੱਥੇ ਸ਼ਾਂਤੀ ਹੈ ਅਤੇ ਉੱਥੇ ਚਾਹੁੰਦੇ ਹਾਂ, ਉਹ ਕਾਰਨਾਂ ਕਰਕੇ ਥੋੜ੍ਹਾ ਜਿਹਾ ਮਨ ਇੱਧਰ ਨੂੰ ਬਣਿਆ ਅਤੇ ਫਿਰ ਇੱਥੇ ਆ ਗਿਆ ਜੀ। ਏਅਰਫੋਰਸ ਦੇ ਵਿੱਚ ਇੰਡੀਆ, ਤੁਸੀਂ ਕਿਹੜੇ ਅਹੁਦੇ 'ਤੇ ਰਹੇ ਹੋ ਉੱਥੇ? ਮੈਂ ਉੱਥੇ ਜੀ ਐਜ਼ ਏ ਜੂਨੀਅਰ ਇੰਜੀਨੀਅਰ ਕਹਿ ਲਓ ਕਿ ਐਰੋ ਇੰਜਨ ਮਕੈਨਿਕ, ਟੈਕਨੀਸ਼ੀਅਨ, ਫਿਟਰ, ਇੰਜੀਨੀਅਰ, ਇਹ ਐਰੋ ਇੰਜਨ ਦਾ ਮੇਰਾ ਟ੍ਰੇਡ ਸੀਗਾ, ਅਤੇ ਉਹਦੇ ਵਿੱਚ ਮੈਂ ਸਟਾਰਟ ਕਹਿ ਲਓ ਕਿ HT-22 ਜਿਹੜਾ ਪਾਰਾ ਵਾਲਾ ਜਹਾਜ਼ ਹੁੰਦੇ ਫੜ ਕੇ ਖਿੱਚ ਕੇ ਇੱਦਾਂ ਚਲਾਈਦਾ ਹੁੰਦਾ ਸੀ, ਉੱਥੋਂ ਸਟਾਰਟ ਕਰਕੇ ਮਿਗ ਦੇ ਵੀ ਮੈਂ MCF ਕੀਤੇ ਆ ਜੀ, MiG-23 ਦੇ। ਇੰਡੀਆ ਦੇ ਅੰਦਰ ਤੁਹਾਡੀ ਜੋਬ ਕਾਫ਼ੀ ਚੰਗੀ ਜੋਬ ਸੀ, ਰੁਤਬੇ ਵਾਲੀ ਨੌਕਰੀ ਸੀ। ਕੈਨੇਡਾ 'ਚ ਕਹਿੰਦੇ ਜਦੋਂ ਬੰਦਾ ਆਉਂਦਾ ਤਾਂ ਸੁਭਾਵਿਕ ਤੌਰ 'ਤੇ ਇੱਥੇ ਸਟਰਗਲ ਕਰਨੀ ਪੈਂਦੀ ਹੈ, ਸੰਘਾ ਸਾਹਿਬ ਦਾ ਇੱਕ ਉਹ ਸਟੇਟਸ ਸੀ ਅਤੇ ਕੈਨੇਡਾ 'ਚ ਆ ਕੇ ਫਿਰ ਕਿੰਨਾ ਕੁ ਸਟਰਗਲ ਕਰਨਾ ਪਿਆ? ਨਹੀਂ, ਇੰਡੀਆ ਦੇ ਵਿੱਚ ਵੀ ਜੀ ਮੈਂ ਏਅਰਫੋਰਸ ਛੱਡ ਕੇ ਫਿਰ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਨਾ, ਅਤੇ ਪ੍ਰੈਕਟਿਸ ਵਿੱਚ ਮੇਰੀ ਕਾਫ਼ੀ ਠੀਕ ਪ੍ਰੈਕਟਿਸ ਸੀ, ਬਹੁਤ ਵਧੀਆ ਸੀ, ਮੈਂ ਵਾਜ਼ ਫੁੱਲੀ ਸੈਟਿਸਫਾਈਡ ਵਿਦ ਦੈਟ ਸੈਟ ਆਫ ਐਟਮੋਸਫੀਅਰ, ਕਿਉਂਕਿ ਮੈਂ ਪੋਲੀਟੀਕਲੀ ਇਨਵੋਲਵਡ ਸੀ ਉੱਤੇ, ਪੋਲੀਟੀਕਲੀ ਵੀ ਇੰਨਾ ਨਹੀਂ ਸੀ, ਚੰਗੀ ਤਰ੍ਹਾਂ ਦਾ ਇਨਵੋਲਵ ਸੀ, ਕੁਲਦੀਪ ਸਿੰਘ ਬਡਾਲਾ ਆਪਣੇ ਚੰਗਾ ਨਾਂ ਉਹਨਾਂ ਦਾ ਰਿਹਾ, ਉਹਨਾਂ ਨੂੰ ਮੈਂ ਸੈਂਟਰ ਫੋਰਡ ਬੈਂਕ ਦੀ ਇਲੈਕਸ਼ਨ 'ਚ ਹਰਾਇਆ ਸੀ ਉੱਤੇ, ਸੋ ਉਹ ਉਸ ਕਰਕੇ ਮੈਂ ਆਈ ਵਾਜ਼ ਫੁੱਲੀ ਇਨਵੋਲਵਡ ਇਨ, ਉਹਦੇ ਕਰਕੇ ਮੇਰੀ ਪ੍ਰੈਕਟਿਸ ਵੀ ਬਹੁਤ ਸੋਹਣੀ ਸੀ। ਪਰ ਜਿੱਦਾਂ ਤੁਸੀਂ ਸੋਚਦੇ ਨਾ, ਪਤਾ ਕੀ ਆ, ਮੇਰੇ ਹਿਸਾਬ ਨਾਲ ਇੰਡੀਆ ਅੱਜ ਵੀ, ਹੁਣ ਵੀ ਮੈਂ ਸੋਚਦਾ, 25 ਸਾਲ ਹੋ ਗਿਆ ਇਸ ਗੱਲ ਨੂੰ, ਭਈ ਮੈਂ ਗੁੱਡ ਡਿਸੀਜਨ ਲਿਆ ਜਿਹੜਾ ਇੱਥੇ ਆਉਣ ਦਾ ਕੀਤਾ, ਕਿ ਚਲੋ ਵੀ ਚੱਲਦੇ ਹਾਂ ਉੱਥੇ ਕੈਨੇਡਾ 'ਚ, ਕੋਈ ਨਵੀਆਂ ਓਪਰਚੁਨਿਟੀਆਂ ਦੇਖਦੇ ਹਾਂ, ਇਹ ਦਿਮਾਗ 'ਚ ਸੀਗਾ ਵੀ ਉੱਥੇ ਕੈਨੇਡਾ ਜਾ ਕੇ ਆਪਾਂ ਕੁਛ ਵਧੀਆ ਕਰ ਸਕਦੇ ਹਾਂ, ਜੋ ਇੰਡੀਆ 'ਚ ਕਰ ਰਹੇ ਹਾਂ ਉਹਦੇ ਨਾਲੋਂ ਇੱਥੇ ਵਧੀਆ ਹੋ ਸਕਦਾ, ਇਸ ਕਰਕੇ ਮੈਂ ਇੱਥੇ ਨੂੰ ਆ ਗਿਆ। ਅੱਜ ਕੁਝ ਬਦਲਿਆ ਲੱਗਦਾ ਤੁਹਾਨੂੰ ਇੰਡੀਆ ਦਾ? ਇੱਥੇ ਕੋਈ ਨਹੀਂ ਬਦਲਿਆ ਜੀ, ਇੱਥੇ ਉਸੇ ਤਰ੍ਹਾਂ ਹੀ ਆ, ਕੋਈ ਚੇਂਜ ਨਹੀਂ ਗੀ ਇਹਦੇ ਵਿੱਚ, ਇਹ ਉਹੋ ਹੀ ਚੀਜ਼ ਆ ਜੋ ਪਹਿਲਾਂ ਸੀ, ਇੰਡੀਆ ਉਸੇ ਤਰ੍ਹਾਂ ਦਾ ਹੈਗਾ, ਹਾਲੇ ਵੀ ਮੈਨੂੰ ਤਾਂ ਕੋਈ ਉੱਥੇ ਚੇਂਜ ਨਹੀਂ ਆਈ ਲੱਗਦੀ। ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਗਿਆ ਨੂੰ? ਮੈਂ ਚੱਲ ਜਾਂਦਾ ਸਾਲ 'ਚ 2 ਵਾਰੀ, ਹਰ ਸਾਲ 2 ਵਾਰੀ, ਆਮ ਤੌਰ 'ਤੇ ਕਦੇ ਕਦੇ 3 ਵਾਰੀ ਵੀ ਹੋ ਜਾਂਦਾ, ਜਦੋਂ ਦੇ ਆਏ ਇੱਦਾਂ ਹੀ ਰਿਹਾ, 2 ਕੁ ਵਾਰੀ ਤਾਂ ਜਾ ਹੀ ਆਈਦਾ ਜੀ। ਇੱਥੇ ਫਿਰ ਕੈਨੇਡਾ ਤੁਸੀਂ ਬਤੌਰ ਵਕੀਲ ਹੀ ਆਪਣੇ ਆਪ ਨੂੰ ਸਟੈਬਲਿਸ਼ ਕੀਤਾ, ਇਹੀ ਕੰਮ 'ਚ ਤੁਸੀਂ ਜਿਹੜਾ? ਮੈਂ ਆ ਕੇ ਪਹਿਲਾਂ ਥੋੜ੍ਹਾ ਚਿਰ ਪੈਰਾਲੀਗਲ ਕੀਤਾ ਜੀ, 4 ਸਾਲ, 4-5, 4-4.5 ਸਾਲ, ਫਿਰ ਮੈਂ ਆਪਣਾ ਇੱਥੇ ਦਾ ਅਪਗ੍ਰੇਡ ਕਰ ਲਿਆ ਸੀ ਯੂਨੀਵਰਸਿਟੀ ਆਫ ਵਿੰਜ਼ਰ 'ਚ, ਉਦੋਂ ਅਪਗ੍ਰੇਡ ਜ਼ਰੂਰੀ ਹੁੰਦੀ ਸੀ ਇਹ ਯੂਨੀਵਰਸਿਟੀ ਜਾਣਾ, ਅਪਗ੍ਰੇਡਿੰਗ ਕਰਨ ਤੋਂ ਬਾਅਦ ਫਿਰ ਮੈਂ ਪ੍ਰੈਕਟਿਸ ਆਪਣੀ ਸ਼ੁਰੂ ਕਰ ਦਿੱਤੀ, ਮਾਲਟਨ 'ਚ ਆਫਿਸ ਖੋਲ੍ਹਿਆ ਸੀ ਜੀ, ਫਿਰ ਮੈਂ ਉਹ ਤੋਂ ਬਾਅਦ ਬ੍ਰੈਂਪਟਨ ਆ ਗਿਆ। ਕਮਿਊਨਿਟੀ ਦਾ ਬੜਾ ਸਾਥ ਰਿਹਾ ਜੀ, ਬਹੁਤ ਸਾਥ, ਇੱਥੇ ਮੈਂ ਦੇਖਿਆ ਕਿ ਮੈਂ ਸੰਘਾ ਲਾਅ ਆਫਿਸ ਇੱਕ ਇਹੋ ਜਿਹਾ ਨਾਂ ਸੀ ਜਿਹਨੂੰ ਕਮਿਊਨਿਟੀ ਨੇ ਬਹੁਤ ਭਰਮਾ ਹੁੰਗਾਰਾ ਦਿੱਤਾ, ਔਰ ਮੈਂ ਬਹੁਤ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਸਟੈਂਡਰਡ ਦੇ ਨਾਲ, ਔਰ ਟੋਟਲੀ ਜਿੱਦਾਂ ਇੱਕ ਕਦੇ ਵੀ ਪਰਮਾਤਮਾ ਦੀ ਮਿਹਰ ਰਹੀ ਆ, ਕਦੇ ਕਿਸ ਤਰ੍ਹਾਂ ਦੀ ਕੋਈ ਆਈ ਨਹੀਂ ਇੱਦਾਂ ਦੀ ਹਵੀ ਨਵੀਂ ਕਿ ਕੋਈ ਪ੍ਰੋਬਲਮ ਆਵੇ, ਔਰ ਇੰਨਾ ਸੋਹਣੇ ਤਰੀਕੇ ਨਾਲ ਕੰਮ ਚੱਲਿਆ, ਮੇਰੇ ਕੋਲ ਗੁੱਡ ਇਨਕਮ ਸੀ, ਗੁੱਡ ਇੰਪਲੋਈਜ਼ ਵੀ ਸੋਹਣੇ ਹੁੰਦੇ ਸੀ, ਕਮਿਊਨਿਟੀ 'ਚ ਨਾਂ ਵੀ ਵਧੀਆ ਸੀ, ਅਤੇ ਸੋਹਣਾ ਕੰਮ ਸੀ ਜੀ, ਇਸ ਵਟ ਗੁੱਡ। ਵਕਾਲਤ ਤੋਂ ਫਿਰ ਸਿਆਸਤ ਦੇ ਵੱਲ ਰੁੱਖ ਕਿਸ ਤਰ੍ਹਾਂ ਹੋਇਆ? ਇਹ ਜੀ ਮੈਂ ਪਹਿਲਾਂ ਤੋਂ ਹੀ ਵੈਸੇ ਜਦੋਂ ਇੱਥੇ ਆਇਆ ਤਾਂ ਉਦੋਂ ਵੀ ਸ਼ੁਰੂ ਕਰ ਦਿੱਤੀ ਸੀ ਥੋੜ੍ਹਾ ਥੋੜ੍ਹਾ ਇੱਧਰ ਨੂੰ ਜਾਣਾ,
ਲਿਬਰਲ ਪਾਰਟੀ ਜੁਆਇਨ ਕਰ ਲਈ, ਇਹਦੀਆਂ ਬਾਇਆਨੂਅਲ ਮੀਟਿੰਗ ਸਾਰੀਆਂ ਜਿੰਨੀਆਂ ਵੀ ਲਿਬਰਲ ਦੀਆਂ ਸੰਗਾਂ ਸਭ ਕਿਹੜੀਆਂ ਗੱਲਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਆਈਡੀਓਲੋਜੀ ਪ੍ਰਭਾਵਿਤ ਕਰਦੀ ਹੈ ਬੰਦਾ ਉਸੇ ਪਾਰਟੀ ਨੂੰ ਜੁਆਇਨ ਕਰਦਾ? ਹਾਂ, ਇਹ ਵੀ ਕੁਐਸਚਨ ਬੜਾ ਵਧੀਆ ਤੁਹਾਡਾ। ਦੇਖੋ, ਜਦੋਂ ਤੁਸੀਂ ਪੋਲੀਟੀਕਲੀ ਮਾਈਂਡਡ ਹੋਵੋ ਨਾ, ਤੁਹਾਡਾ ਦਿਮਾਗ ਹੋਵੇ ਔਰ ਤੁਸੀਂ ਸਾਰਾ ਸੈਟਅਪ ਉੱਥੇ ਦਾ ਛੱਡ ਕੇ ਆਏ ਹੋਵੋ ਇੱਥੇ, ਉੱਥੇ ਮੈਂ ਕਾਂਗਰਸ ਨੂੰ ਕਿਉਂ ਲਾਈਕ ਕਰਦਾ ਸੀ? ਕਾਂਗਰਸ ਸੈਕੂਲਰ ਪਾਰਟੀ ਸੀ, ਕਾਂਗਰਸ ਧਾਰਮਿਕ ਪਾਰਟੀ ਨਹੀਂ ਸੀ, ਔਰ ਮੈਨੂੰ ਧਾਰਮਿਕ ਪਾਰਟੀ ਜਿਹੜੀ ਆ ਉਹ ਟੋਟਲੀ ਚੰਗੀ ਨਹੀਂ ਲੱਗਦੀ। ਟੋਟਲੀ ਧਾਰਮਿਕ ਇਨਵੋਲਵਮੈਂਟ ਜਿਹੜੀ ਹੈ ਨਾ ਪੋਲੀਟਿਕਸ ਦੇ ਵਿੱਚ, ਜਿਸ ਰਾਜ ਚਲਾਉਣ ਦੇ ਵਿੱਚ, ਜਿੱਥੇ ਵੀ ਕਿਤੇ ਦੁਨੀਆਂ 'ਚ ਅੱਜ ਦੇਖ ਲਓ, ਜਿੱਥੇ ਵੀ ਧਾਰਮਿਕ ਦਖਲਅੰਦਾਜ਼ੀ ਹੈਗੀ ਆ, ਪਰੇ ਰੱਖ ਕੇ ਤਾਂ ਠੀਕ ਆ ਥੋੜ੍ਹਾ ਦੂਰ ਰੱਖ ਕੇ, ਪਰ ਸਾਡੇ ਇੰਡੀਆ 'ਚ ਦੂਰ ਰੱਖ ਕੇ ਨਹੀਂ ਹੋ ਸਕਦੀ। ਉੱਥੇ ਅਤੇ ਉਹ ਤਰੱਕੀ ਇੰਡੀਆ, ਉਹ ਤਰੱਕੀ ਕੰਟਰੀ ਨਹੀਂ ਕਰ ਸਕਦਾ। ਜਿੰਨੀ ਜ਼ਿਆਦਾ ਦਖਲਅੰਦਾਜ਼ੀ ਹੋਈ ਜਾਣੀ ਆ ਧਾਰਮਿਕ, ਉਨੀ ਜ਼ਿਆਦਾ ਪੋਲੀਟੀਕਲ ਸੈਟਅਪ ਕਰਪਟ ਹੋਈ ਜਾਣਾ, ਸਪੋਇਲ ਹੋਈ ਜਾਣਾ। ਪਤਾ ਨਹੀਂ ਕਿਉਂ ਲੋਕ ਇਸ ਗੱਲ ਨੂੰ ਲਾਈਕ ਨਹੀਂ ਕਰਦੇ। ਔਰ ਮੇਰਾ ਇੱਥੇ ਜਦੋਂ ਮੈਂ ਏਅਰਫੋਰਸ ਛੱਡ ਕੇ ਆਇਆ, ਇਹ ਮਨ ਸੀ ਕਿ ਦੇਖਾਂ ਕਿਹੜੀ ਪਾਰਟੀ 'ਚ ਜਾਈਏ, ਕਿੱਧਰ ਜੁਆਇਨ ਕਰੀਏ। ਅਲਟੀਮੇਟਲੀ ਇਹ ਮੈਨੂੰ ਕਾਂਗਰਸ ਠੀਕ ਲੱਗੀ। ਸਿਮੀਲਰਲੀ ਜਦੋਂ ਮੈਂ ਇੱਥੇ ਆਇਆ, ਅਤੇ ਇੱਥੇ ਵੀ ਮੈਂ ਇਹ ਸਟੱਡੀ ਪਹਿਲਾਂ ਹੀ, ਈਵਨ ਇਹਨਾਂ ਦੇ ਕੌਂਸਟੀਟਿਊਸ਼ਨ ਪਾਰਟੀਆਂ ਦੇ ਲਾਇਬ੍ਰੇਰੀ 'ਚ ਬੈਠ ਕੇ ਕਈ ਕਈ ਘੰਟੇ ਲਾਉਣੇ ਪੜ੍ਹਨੇ, ਫਿਰ ਇਹਨਾਂ ਨੂੰ ਉੱਦਾਂ ਵੀ ਵਾਚ ਕੀਤਾ, ਦੇਖਿਆ ਇਹਨਾਂ ਦੀ ਕਾਰਗੁਜ਼ਾਰੀ ਕਿ ਪਿੱਛੋਂ ਸੁਸ਼ ਪੜ੍ਹ ਕੇ ਕੋਈ ਕਿੱਦਾਂ ਚੱਲੇ ਆ ਇਹ, ਤਾਂ ਡਿਸਾਈਡਡ ਕਿ ਨਹੀਂ, ਲਿਬਰਲ ਪਾਰਟੀ ਮੈਨੂੰ ਠੀਕ ਲੱਗੀ ਉਦੋਂ, ਕਿਉਂਕਿ ਇਹ ਥੋੜ੍ਹਾ ਜਿਹਾ ਨਾ, ਇੱਥੇ ਫਿਰ ਹੋਈ ਆ ਗੱਲ ਆ ਗਈ, ਲਿਬਰਲ ਲਿਬਰਲ ਹੀ ਸੀਗੇ, ਇਹਨਾਂ ਦੇ ਮਾਇੰਡ ਲਿਬਰਲ ਆ, ਇਹਨਾਂ ਦੇ ਵਿੱਚ ਇਨਵੋਲਵਮੈਂਟ ਅੱਗੇ ਵਧੂ ਆ। ਇਹ ਨਹੀਂ ਹੈ ਕਿ ਕਿਸੇ ਕੰਜ਼ਰਵੇਟਿਵ ਮਾਈਂਡਸ ਜਿਹੜੇ ਲੈ ਕੇ ਉਹਦੇ ਨਾਲ ਪਿੱਛਿਆਂ ਨੂੰ ਖਿੱਚੂ ਰਹਿਣਾ। ਪਰ ਅੱਜ ਲਿਬਰਲ ਦੇ ਬਾਰੇ ਇਸ ਤਰ੍ਹਾਂ ਦੀ ਪਰਸੈਪਸ਼ਨ ਕਿਉਂ ਬਣ ਰਹੀ ਹੈ ਕਿ ਕਿਤੇ ਨਾ ਕਿਤੇ ਲਿਬਰਲ ਵੀ ਸਿੱਖ ਪੋਲੀਟਿਕਸ ਜਾਂ ਪੰਜਾਬੀ ਪੋਲੀਟਿਕਸ 'ਚ ਵਿਸ਼ਵਾਸ ਰੱਖਦੀ ਹੈ ਕਿ ਇਸ ਜਿਹੜਾ ਵੋਟ ਹੈਗਾ ਪੰਜਾਬੀ ਓਰੀਐਂਟਡ ਪੋਲੀਟਿਕਸ ਕਰ ਰਹੀ ਹੈ ਲਿਬਰਲ? ਇਹ ਪਤਾ, ਇਹ ਫਿਰ ਵੀ ਐਵੇਂ ਲੋਕਾਂ ਦੇ ਦਿਮਾਗ 'ਚ ਆ ਹੀ ਜਾਂਦੀਆਂ ਇੱਦਾਂ ਦੀਆਂ ਗੱਲਾਂ। ਇਹ ਨਹੀਂ ਜਾਣਾ ਸਾਡੇ ਦਿਮਾਗਾਂ ਦੇ ਵਿੱਚ ਜਿਹੜੀਆਂ ਨਾ ਧਾਰਮਿਕ ਚੀਜ਼ਾਂ ਜਿਹੜੀਆਂ ਅੜ ਜਾਂਦੀਆਂ ਸੂਈ, ਉਹ ਫਿਰ ਅੜਾਈ ਹੀ ਰੱਖਦੇ ਲੋਕ, ਹੈ ਨਹੀਂ ਇੱਦਾਂ ਦਾ ਕੋਈ ਵੀ। ਵੈਸੇ ਜਿਸ ਤਰ੍ਹਾਂ ਓਨਟਾਰੀਓ ਸਟੇਟ ਦੀਆਂ ਇਲੈਕਸ਼ਨਸ ਹੋਈਆਂ ਨੇ, ਲਿਬਰਲ ਆਪਣਾ ਅਫੀਸ਼ੀਅਲ ਸਟੇਟਸ ਵੀ ਗਵਾ ਚੁੱਕੀ ਹੈ, ਸੰਗਾ ਸਾਹਿਬ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਹੜੀਆਂ ਉਣਤਾਈਆਂ ਰਹੀਆਂ ਪਾਰਟੀ ਦੀਆਂ? ਵੈਸੇ ਦੇਖਿਆ ਜਾਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਉਣਤਾਈਆਂ ਹੁੰਦੀਆਂ, ਤਾਂ ਕਰਕੇ ਹੀ ਇੰਨਾ ਹੁੰਦਾ ਅਸਰ ਹੁੰਦਾ, ਨਹੀਂ ਤਾਂ ਨਹੀਂ ਪੈਂਦਾ। ਕਿਉਂਕਿ ਪੋਲੀਟੀਕਲੀ ਤੁਸੀਂ ਇਹਨੂੰ ਐਨਾਲਾਈਜ਼ ਕਰਕੇ ਦੇਖੋ, ਅਤੇ ਚੰਗੇ ਤੋਂ ਚੰਗੇ ਜਿਹੜੇ ਐਨਾਲਿਸਟ ਹੋਣਗੇ ਉਹ ਵੀ ਇਹ ਕਹਿਣਗੇ ਕਿ ਸਮਥਿੰਗ ਇਜ਼ ਰੋਂਗ। ਉਹ ਕਿਹੜੀ ਚੀਜ਼ ਰੋਂਗ ਆ ਜਿਹੜੀ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਈ ਸੀ, ਆਮ ਪਤਾ ਲੱਗ ਗਿਆ ਸੀ ਜੀ। ਪਰ ਕਈ ਵਾਰੀ ਫਿਰ ਲੀਡਰ ਜਿਹੜਾ ਹੁੰਦਾ ਉਹ, ਮੈਂ ਹੁਣ ਵਰਡ ਨਹੀਂ ਯੂਜ਼ ਕਰੂੰਗਾ, ਥੋੜ੍ਹਾ ਉਹ ਸੋਚ ਲੈਂਦੇ ਆ ਕਿ ਮੈਂ ਤਾਂ ਠੀਕ, ਮੈਂ ਤਾਂ ਕਰ ਲਊਂ, ਪਰ ਉਹ ਥੋੜ੍ਹਾ ਜਿਹਾ ਓਵਰ ਕੌਨਫੀਡੈਂਸ, ਕਈ ਗੱਲਾਂ ਆ ਜਾਂਦੀਆਂ ਉਹਦੇ ਵਿੱਚ, ਉਹ ਨਹੀਂ ਉਹ ਬਣਦੀ ਗੱਲ। ਅਤੇ ਜਿਹੜੀਆਂ ਗੱਲਾਂ ਆਪਣੇ ਹੁਣ ਇਲੈਕਸ਼ਨ ਤੋਂ ਬਾਅਦ ਆ ਕੇ ਅਨਾਊਂਸ ਕੀਤੀਆਂ, ਜੇ ਇਹ ਹੀ ਅਨਾਊਂਸ ਕਿਤੇ 3-4 ਮਹੀਨੇ ਪਹਿਲਾਂ ਹੁੰਦੀਆਂ, ਸ਼ਾਇਦ ਫਰਕ ਹੁੰਦਾ। ਤੁਹਾਨੂੰ ਲੱਗਦਾ ਕਿ ਸਟੇਟ ਦੀਆਂ ਇਲੈਕਸ਼ਨਸ ਫੈਡਰਲ 'ਤੇ ਪ੍ਰਭਾਵ ਪਾਉਣਗੀਆਂ? ਵੈਸੇ ਕੈਨੇਡਾ 'ਚ ਇੱਦਾਂ ਪੈਂਦਾ ਨਹੀਂ ਜੀ, ਅੱਗੇ ਤਾਂ ਨਹੀਂ, ਹਾਲੇ ਤਾਂ ਹੀ ਹੋਇਆ, ਆਪਾਂ ਪੁਰਾਣਾ ਸਟੱਡੀ ਕਰਕੇ ਦੇਖੀਏ, ਨਹੀਂ ਹੋਣਾ ਇਹ ਮੇਰੇ ਹਿਸਾਬ ਨਾਲ, ਕਿਉਂਕਿ ਲੀਡਰ 'ਤੇ ਬਹੁਤ ਡਿਪੈਂਡ ਕਰਦਾ ਜੀ, ਪਾਰਟੀ ਦਾ ਲੀਡਰ ਕੌਣ ਆ, ਔਰ ਜਿਹੜਾ ਲੀਡਰ ਦਾ ਮਿਆਰ ਆ, ਜਿੰਨਾ ਚਿਰ ਉਹ ਉੱਚਾ ਆ ਉਨ੍ਹਾਂ ਚਿਰ ਦੂਸਰੀ ਪਾਰਟੀ ਨੂੰ ਸੋਚਣਾ ਪੈਣਾ ਕਿ ਅਸੀਂ ਉਸ ਲੀਡਰ ਦੇ ਬਰਾਬਰ ਕੀ। ਅੱਜ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਲੈਵਲ ਦਾ ਲੀਡਰ ਹਲੇ ਮੇਰੇ ਹਿਸਾਬ ਨਾਲ ਹੈ ਨਹੀਂ। NDP ਦੀ ਗਰੋਥ ਨੂੰ ਤੁਸੀਂ ਕਿਵੇਂ ਵੇਖਦੇ ਹੋ? ਟੈਂਪਰੇਰੀ ਬੂਸਟ ਆ, ਐਵੇਂ ਮਾੜਾ ਜਿਹਾ ਜਿੱਦਾਂ ਝਟਕਾ ਜਿਹਾ ਲੱਗਾ ਆ ਵੀ ਸੋਚ ਕੇ ਕਿ ਇਹ ਸ਼ਾਇਦ ਕੁਛ ਕਰ ਲੈਣਗੇ, ਪਰ ਮੈਨੂੰ ਲੱਗਦਾ ਨਹੀਂ। ਦੇਖੋ, ਹਲੇ ਪਤਾ ਲੱਗੂਗਾ, ਪਬਲਿਕ ਨੂੰ ਵੀ ਦੇਖਣਾ ਪੈਣਾ ਪਬਲਿਕ ਕੀ ਚਾਹੁੰਦੀ ਆ। ਆਪਾਂ ਐਵੇਂ ਨਹੀਂ ਸੋਚ ਸਕਦੇ, ਅੱਗੇ ਅਸੀਂ ਸੋਚਦੇ ਹੀ ਸੀਗੇ, ਤਾਂ ਹੁਣ ਦੇਖੋ ਬ੍ਰਹਮਟਨ 'ਚੋਂ 3 ਸੀਟਾਂ ਲੈ ਗਏ ਉਹ। ਬੇਸ਼ੱਕ ਬੇਸ਼ੱਕ ਜਸਟਿਨ ਟਰੂਡੋ ਹੋਰਾਂ ਨੇ ਪੰਜਾਬੀਆਂ ਨੂੰ ਇੱਕ ਵੱਡਾ ਰੁਤਬਾ ਦਿੱਤਾ ਸਿਆਸਤ ਦੇ ਅੰਦਰ, ਸੁਭਾਵਿਕ ਤੌਰ 'ਤੇ ਲੋਕਤੰਤਰ ਹੈ, ਵੋਟਾਂ ਪਈਆਂ ਤਾਂ ਹੀ ਤੁਸੀਂ ਜਿੱਤੇ ਹੋ। ਪਰ ਤੁਹਾਨੂੰ ਲੱਗਦਾ ਕਿ ਇੱਥੋਂ ਦੇ ਗੋਰਿਆਂ 'ਚ ਜਿਹੜੇ ਇੱਥੋਂ ਦੀ ਪਾਪੂਲੇਸ਼ਨ ਹੈਗੀ ਹੈ, ਉਹਨਾਂ ਅੰਦਰ ਥੋੜ੍ਹੀ ਬਹੁਤ ਰਿਸੈਂਟਮੈਂਟ ਹੈ ਕਿ ਪੰਜਾਬੀ ਲੋਕ ਜਿਹੜੇ ਹੈਗੇ ਨੇ ਉਹ ਸਿਆਸਤ 'ਤੇ ਜ਼ਿਆਦਾ ਕਾਬਜ਼ ਹੋ ਰਹੇ ਆ? ਦੇਖੋ, ਪਤਾ ਕੀ ਆ, ਕੁਛ ਲੋਕ ਇੱਦਾਂ ਦੇ ਫੀਲਿੰਗ ਕਰਨ ਵਾਲੇ ਹੁੰਦੇ ਆ, ਵੈਸੇ ਹੋ ਸਕਦਾ ਹੋਊਗੀ ਉਹਨਾਂ ਦੇ ਦਿਮਾਗ 'ਚ, ਹੋ ਸਕਦਾ। ਪਰ ਮੈਨੂੰ ਜੋ ਆਪਣੇ ਤੌਰ 'ਤੇ ਫੀਲ ਹੁੰਦਾ ਆ
ਇਦਾਂ ਦੀ ਕੋਈ ਗੱਲ ਹੈ ਨਹੀਂ ਗੀ। ਲਿਬਰਲ ਨੂੰ ਇਹਦਾ ਫੈਡਰਲ ਚ ਖਮਿਆਜ਼ਾ ਭੁਗਤਣਾ ਪੈ ਸਕਦਾ ਵੈਸੇ ਤੁਹਾਨੂੰ ਲੱਗਦਾ? ਹਾਂਜੀ, ਲਿਬਰਲ ਨੂੰ ਇਹਦਾ ਨੁਕਸਾਨ ਹੋ ਸਕਦਾ ਹੈ ਕਿ ਜ਼ਿਆਦਾ? ਕੋਈ ਨੁਕਸਾਨ ਦੀ ਕੋਈ ਲੋੜ ਨਹੀਂ, ਕੋਈ ਇਸ ਤਰ੍ਹਾਂ ਦਾ ਹੈ ਨਹੀਂ, ਇਹ ਇੱਦਾਂ ਹੀ ਚੱਲਦੀ ਆਈ। ਅੱਗੇ ਅਟਾਲੀਅਨ ਬਹੁਤ ਹੁੰਦੇ ਸੀਗੇ ਤਾਂ ਅਟਾਲੀਅਨ ਦਾ ਮਿਨਿਸਟਰੀ ਜ਼ਿਆਦਾ ਹੁੰਦੀ ਸੀ, ਮੋਸਟਲੀ ਉਹ ਹੁੰਦੇ ਸੀ। ਇਹ ਤਾਂ ਦੇਖੋ ਜੀ, ਸਟਰੈਂਥ ਤੁਹਾਡੀ ਕਿੰਨੀ ਆ ਔਰ ਕਿੰਨਾ ਉਹਦੇ ਹਿਸਾਬ ਨਾਲ ਲੀਡਰ 'ਤੇ ਡਿਪੈਂਡ ਕਰਦਾ, ਲੀਡਰ ਕਿਹਨੂੰ ਚਾਹੁੰਦਾ ਕਿਹਨੂੰ ਨਹੀਂ ਚਾਹੁੰਦਾ। ਬਾਕੀ ਜਿਹੜੀ ਰਿਜੈਂਟਮੈਂਟ ਤੁਸੀਂ ਕਹਿੰਦੇ ਹੋ, ਇਹ ਆਮ ਲੋਕਾਂ ਦੇ ਦਿਮਾਗ 'ਚ ਕਿਸੇ ਵੇਲੇ ਹੋਊਗੀ, ਪਰ ਮੈਨੂੰ ਤਾਂ ਸੁਣ 'ਚ ਨਹੀਂ ਆਈ ਹਲੇ ਤੱਕ ਕਦੇ ਵੀ। ਇੱਕ ਚਰਚਾ ਜਿਹੜੀ ਸਾਡੇ ਪੰਜਾਬੀ ਭਾਈਚਾਰੇ 'ਚ ਵੀ ਬਹੁਤ ਹੈ, ਕਹਿੰਦੇ ਕਿ ਟੂਡੋ ਬੇਸ਼ੱਕ ਲਿਬਰਲ ਬਹੁਤ ਹੈਗੇ ਨੇ, ਪਰ ਜਿਹੜੇ ਸੀਰੀਆ ਦੇ ਲੋਕ ਨੇ ਜਾਂ ਦੂਸਰੀਆਂ ਕੰਟਰੀਆਂ ਦੇ ਲੋਕ ਹੈਗੇ ਨੇ ਉਹਨਾਂ ਦੀ ਕਿਤੇ ਐਂਟਰੀ ਨੂੰ ਲੈ ਕੇ ਲੋਕਾਂ 'ਚ ਥੋੜ੍ਹੀ ਬਹੁਤ ਨਾਰਾਜ਼ਗੀ ਪਾਈ ਜਾ ਰਹੀ ਹੈ, ਖਾਸ ਤੌਰ 'ਤੇ ਲੋਕਲ ਜਿਹੜੇ ਲੋਕ ਇੱਥੋਂ ਦੇ ਹੈਗੇ ਨੇ। ਮੈਂ ਬਾਈ ਸਾਹਿਬ ਆਪਣੇ ਤੁਹਾਨੂੰ ਦੱਸਦਾ ਵੀ ਦੇਖੋ, ਇਹ ਜਿਹੜਾ ਕੈਨੇਡਾ ਆ ਨਾ, ਆਪਾਂ ਇਹ ਤੋਂ ਪਿੱਛੇ ਚੱਲ ਜਾਈਏ ਜਿੱਦਣ ਕੈਨੇਡਾ ਕਿਤੇ ਬਣਿਆ ਸੈੱਟ ਹੋਇਆ ਉੱਧਰ ਤੋਂ ਲੈ ਕੇ ਅੱਜ ਤੱਕ, ਇਹ ਕਦੇ ਵੀ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਇੱਥੇ ਤਾਂ ਪਹਿਲਾਂ ਬੈਠਾ ਹੋਵੇ ਜੀ, ਠੀਕ ਹੈ। ਨੰਬਰ ਇੱਕ। ਨੰਬਰ ਟੂ ਇਹ ਆ ਕਿ ਇਹ ਜਿਹੜਾ ਕੈਨੇਡਾ ਆ, ਇਹਦਾ ਇੱਕ ਕੋਨਸਟੀਟਿਊਸ਼ਨ ਜਾਂ ਇਹਦੇ ਆਪਣੇ ਜਿਹੜਾ ਇਹਦਾ ਤਰੀਕਾ ਆ ਉਹ ਇਹ ਹੈਗਾ ਕਿ ਅਸੀਂ ਲਾਅ ਵੀ, ਇਮੀਗ੍ਰੇਸ਼ਨ ਐਕਟ ਵੀ ਇਹੀ ਕਹਿੰਦਾ ਕਿ ਜਿੱਥੇ ਕਿਸੇ ਨੂੰ ਲੋੜ ਹੈਗੀ ਆ ਔਰ ਉਹਨੂੰ ਪ੍ਰੋਸੀਕਿਊਸ਼ਨ ਹੈਗੀ ਆ ਉੱਥੇ, ਜਾਂ ਉਹਨੂੰ ਖਤਰਾ ਆ ਉਹਨੂੰ ਜ਼ਿੰਦਗੀ ਨੂੰ ਆਪਣੀ ਨੂੰ, ਅਤੇ ਉੱਥੇ ਅਸੀਂ ਹਮੇਸ਼ਾ ਅੱਗੇ ਹੱਥ ਵਧਾਇਆ, ਉਹਨਾਂ ਨੂੰ ਕਿਹਾ ਆਓ ਤੁਹਾਨੂੰ ਅਸੀਂ ਫੜਦੇ ਹਾਂ, ਤੁਹਾਨੂੰ ਅਸੀਂ ਸਾਥ ਦਿੰਦੇ, ਆਓ ਸਾਡੇ ਕੋਲ। ਥਿੰਕ ਇਟ ਅਬਾਊਟ ਜਿੱਦਣ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਅਤੇ ਕਿੰਨਾ ਇੱਥੇ ਆ ਕੇ ਭਰਿਆ ਪੰਜਾਬ, ਇਹ ਅੱਜ ਜੇ ਬੈਠੇ ਹਾਂ ਆਪਾਂ ਉਹ ਉੱਦਣ ਦੇ ਹਾਲਤ ਨੂੰ ਲੈ ਕੇ ਅੱਜ ਬੈਠੇ ਹਾਂ। ਇਹ ਉੱਦਣ ਦਿੱਤੀ ਉਹ ਹੈਲਪ ਆ। ਅੱਜ ਗੱਲ ਕਰਨ ਲੱਗਾ ਵੱਡਾ ਬੰਦਾ, ਕਹਿੰਦਾ ਬੜੇ ਬੜੇ ਕਹਿੰਦੇ ਆ ਵੀ ਨਾ ਜੀ ਇਹ ਤਾਂ ਰਿਫਿਊਜੀ ਵੜੀ ਜਾਂਦੇ ਇੱਥੇ। ਥਿੰਕ ਇਟ ਓਵਰ, ਥਿੰਕ ਇਟ ਓਵਰ, ਬਰਾਡ ਮਾਈਂਡਡ ਹੋ ਕੇ ਕੈਨੇਡੀਅਨ ਬਣ ਕੇ ਸੋਚੋ। ਆਪਾਂ ਨੂੰ ਕੈਨੇਡੀਅਨ ਤੌਰ 'ਤੇ ਉੱਤੇ ਸਾਨੂੰ ਲੋੜ ਆ ਬੰਦਿਆਂ ਦੀ, ਸਾਨੂੰ ਇੱਥੇ ਲੋੜ ਆ ਸਟਰੈਂਥ ਦੀ, ਸਾਨੂੰ ਲੋੜ ਆ ਡਾਇਵਰਸਿਟੀ ਦੀ, ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀ। ਪੰਜਾਬੀਆਂ ਦੇ ਕੰਟਰੀਬਿਊਸ਼ਨ ਨੂੰ ਕਿਵੇਂ ਵੇਖਦੇ ਹੋ ਕੈਨੇਡਾ ਦੀ ਗਰੋਥ ਦੇ ਵਿੱਚ, ਗਰੋਥ ਦੇ ਵਿੱਚ ਜੋ ਸੋਫਾ ਅੱਜ ਤੱਕ ਲਈਏ? ਮੇਰੇ ਖਿਆਲ ਇਹਦੇ ਬਰਾਬਰ ਕੋਈ ਹੋਰ ਕਮਿਊਨਿਟੀ ਨਹੀਂ ਇੱਦਾਂ ਕਰਦੀ ਜਿੱਦਾਂ ਪੰਜਾਬੀ ਕਰਦੇ ਆ। ਅਸੀਂ ਬਹੁਤ ਮਿਹਨਤ ਕੀਤੀ ਇੱਥੇ ਆ ਕੇ, ਔਰ ਇੱਕ ਟਰੱਕ ਡਰਾਈਵਰ ਦੀ ਗੱਲ ਨਾ ਕਰੋ ਤੁਸੀਂ, ਡਾਕਟਰਾਂ ਦੀ ਗੱਲ, ਇੰਜੀਨੀਅਰਿੰਗ ਦੀ ਗੱਲ, ਆਪਣੀ ਕੁੜੀਆਂ ਦੀ ਗੱਲ ਕਰੋ, ਲੇਡੀਜ਼ ਦੀ ਗੱਲ, ਬੱਚੀਆਂ ਦੀ, ਕਿਸੇ ਦੀ ਗੱਲ ਕਰਕੇ ਦੇਖੋ। ਹਰ ਫੀਲਡ ਦੇ ਵਿੱਚ, ਇਹ ਨਹੀਂ ਕਿ ਇੱਕ ਫੀਲਡ ਦੇ ਵਿੱਚ, ਪੋਲੀਟੀਕਲੀ ਨਹੀਂ, ਇਕੱਲਾ ਪੋਲੀਟਿਕਸ 'ਚ ਹੀ ਆਪਾਂ ਹੈਗੇ ਹਾਂ। ਜਸਟਿਨ ਟੂਡੋ ਹੋਰਾਂ ਦੀ ਜਿਹੜੀ ਇੰਡੀਆ ਦੇ ਵਿਜ਼ਿਟ ਸੀ, ਵਿਵਾਦ ਵੀ ਬਹੁਤ ਬਣੇ ਮੀਡੀਆ 'ਚ, ਬੜੀਆਂ ਚਰਚਾਵਾਂ ਆਈਆਂ। ਸੰਘਾ ਸਾਹਿਬ, ਤੁਹਾਡੀ ਟਿੱਪਣੀ ਕੀ ਹੈਗੀ ਆ, ਉਹ ਫਰੂਟਫੁੱਲ ਨਤੀਜੇ ਉਹਦੇ ਨਿਕਲੇ, ਉਹਦੇ ਆਊਟਕਮ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਮੈਂ ਪਹਿਲਾਂ ਵੀ ਜਾਇਆ ਆ ਇੰਡੀਆ ਪਿਛਲੇ ਸਾਲ, ਐਜ਼ ਏ ਕਾਮਨਵੈਲਥ ਕੈਨੇਡਾ ਡੈਲੀਗੇਸ਼ਨ 'ਚ ਗਿਆ ਸੀ ਮੈਂ। ਦੈਟ ਵਾਜ਼ ਦ ਸਟਾਰਟ ਆਫ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਕੈਨੇਡਾ। ਫਿਰ ਐਂਡ ਇੰਡੀਆ ਕੈਨੇਡਾ ਦਾ, ਕੈਨੇਡਾ ਇੰਡੀਆ ਦਾ ਗਰੁੱਪ ਦਾ ਪ੍ਰੈਜੀਡੈਂਟ ਹੋਣ ਦੇ ਤੌਰ 'ਤੇ, ਚੇਅਰ ਹੋਣ ਦੇ ਤੌਰ 'ਤੇ ਵੀ ਮੈਂ ਇਹਨੂੰ ਦੇਖਿਆ ਭੁਗਤ ਕੇ। PIO ਮੈਂ ਅਟੈਂਡ ਕੀਤੀ, ਉਸ ਤੋਂ ਬਾਅਦ PM ਸਾਹਿਬ ਦੇ ਨਾਲ ਮੈਂ ਗਿਆ। ਮੈਂ ਦੇਖਿਆ, ਫੀਲ ਕੀਤਾ ਇਹ ਕਿ ਜਿਹੜਾ ਦੇਖੋ, ਜਿੰਨਾ ਚਿਰ ਤੁਸੀਂ ਬਾਇਲੇਟਰਲ ਰਿਲੇਸ਼ਨ ਬਣਾਉਣ ਲਈ ਐਫਰਟਸ ਨਹੀਂ ਕਰੋਗੇ, ਉਹਦੇ ਵਿੱਚ ਨਹੀਂ ਜਾਓਗੇ, ਉਹਨੂੰ ਰਿਲੇਸ਼ਨਸ਼ਿਪ ਨੂੰ ਕਾਮਯਾਬ ਕਿੱਦਾਂ ਆਪਾਂ ਕਰ ਦੇਵਾਂਗੇ? ਛੋਟੀਆਂ ਮੋਟੀਆਂ ਹਵੀਆਂ ਨਵੀਆਂ ਛੋਟੀਆਂ ਹੁੰਦੀਆਂ ਹੀ ਰਹਿਣੀਆਂ, ਇਹ ਤਾਂ ਚੱਲਦੀਆਂ ਰਹਿਣੀਆਂ, ਬਟ ਇਹ ਕੰਟੀਨਿਊਇੰਗ ਪ੍ਰੋਸੈਸ ਲਗਾਤਾਰ ਚੱਲਦਾ ਰਹੇ, ਇੱਕ ਵਾਰੀ ਇੱਕ ਦਿਨ ਆਪਾਂ ਇਹ 'ਚ ਕਾਮਯਾਬ ਹੁੰਦੇ ਹਾਂ। ਔਰ ਇਹੀ ਤਰੀਕਾ ਆ। ਦੇਖੋ ਆਪਣੇ ਸਾਊਥ ਆਫ ਬਾਰਡਰ ਟਰੰਪ ਸਾਹਿਬ ਕੀ ਕਰ ਰਿਹਾ, ਉਹ ਸਾਡੇ ਨਾਲ ਤਾਂ ਉਹ ਕਹਿੰਦੇ ਨਹੀਂ ਠੀਕ ਨਹੀਂ। ਅਸੀਂ ਟਰੰਪ ਸਾਹਿਬ ਦੇ ਰਵੱਈਏ ਨੂੰ ਕਿਵੇਂ ਵੇਖਦੇ? ਮੈਂ ਗੱਲ ਕਰਦਾ ਜਿਹਦੇ ਉਹ ਸਾਰੇ, ਬਟ ਸਟਿਲ ਥਿੰਕ ਇਟ ਓਵਰ ਕਿ ਬਾਇਲੈਟਰਲ ਰਿਲੇਸ਼ਨਸ਼ਿਪ ਮੇਨਟੇਨ ਕਰਨ ਲਈ ਆਪਣੇ ਟ੍ਰੇਡ ਦਾ, ਐਜੂਕੇਸ਼ਨ ਦਾ, ਐਕਸਚੇਂਜ ਆਫ ਐਜੂਕੇਸ਼ਨ, ਐਕਸਚੇਂਜ ਆਫ ਸਟਰੈਂਥ, ਪਬਲਿਕ ਟੂ ਪਬਲਿਕ ਰਿਲੇਸ਼ਨ, ਪੀਪਲ ਟੂ ਪੀਪਲ ਰਿਲੇਸ਼ਨਸ਼ਿਪ, ਸਾਰੇ ਨੂੰ ਮੇਨਟੇਨ ਕਰਨ ਲਈ ਕੰਟੀਨਿਊਟੀ, ਇਹ ਜਿਹੜੀ ਨਾ ਸਥਿਰਤਾ ਬਹੁਤ ਜ਼ਰੂਰੀ ਆ ਕਿ ਲੱਗੇ ਰਹੋ ਕੁਛ ਨਾ ਕੁਛ ਹੋਣਾ। ਔਰ ਇੰਡੀਆ ਦਾ ਟ੍ਰਿਪ ਜਿਹੜਾ ਸੀ ਮੇਰੇ ਹਿਸਾਬ ਨਾਲ 80% ਸਕਸੈਸ ਆ, ਮੈਂ ਉਹਨੂੰ ਜੋ ਦਿੰਦਾ। ਕਿਉਂ ਉਸ ਸਕਸੈਸ ਆ? ਕਿ ਅਸੀਂ ਬਹੁਤ ਕੁਛ ਉਹਦੇ ਵਿੱਚ ਗੇਲ ਕਰ ਲਿਆ, ਛੋਟੀਆਂ ਮੋਟੀਆਂ ਛੋਟਪੁੱਟ ਗੱਲਾਂ ਨੂੰ ਤਾਂ ਮੀਡੀਅਨ 'ਤੇ ਚੱਕਣਾ ਹੁੰਦਾ, ਉਹਨਾਂ ਕੋਲ ਕੋਈ ਨਾ ਕੋਈ ਕਹਾਣੀ ਚਾਹੀਦੀ ਆ, ਹੋਈਆਂ ਵੀ ਆ ਚਲੋ ਉਹ 'ਚ ਠੀਕ ਆ ਮਾੜੀ ਮੋਟੀ ਆ, ਜਿਹੜੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਉਹਨਾਂ ਦੇ ਵਿੱਚ ਸੁਧਾਰ ਕਰਕੇ, ਆਪਾਂ ਰਿਲੇਸ਼ਨਸ਼ਿਪ ਦੋਨਾਂ ਕੰਟਰੀਆਂ ਦੇ ਠੀਕ ਕਰਕੇ, ਬਹੁਤ ਇਹਨਾਂ ਦੇ ਵਿੱਚ ਦੇਅਰ ਆਰ ਗ੍ਰੇਟ ਸਕੋਪਸ ਟੂ ਹੈਵ ਮੋਰ ਐਂਡ ਮੋਰ
ਰਿਲੇਸ਼ਨਸ਼ਿਪ ਬਿਟਵੀਨ ਬੋਥ ਦਾ ਕੰਟਰੀਜ਼। ਵੱਡੀ ਗਿਣਤੀ 'ਚ ਵਿਦਿਆਰਥੀ ਜਿਹੜਾ ਹੈ ਉਹ ਇੰਡੀਆ ਤੋਂ ਜਾਂ ਹੋਰ ਕੰਟਰੀਆਂ ਤੋਂ, ਮੈਂ ਸਪੈਸੀਫਿਕ ਇੰਡੀਆ ਦੀ ਗੱਲ ਕਰੂੰਗਾ, ਜਹਾਜ਼ ਭਰ ਭਰ ਕੇ ਲਗਾਤਾਰ ਇੱਥੇ ਲੈਂਡ ਕਰ ਰਹੇ ਨੇ, ਫਿਊਚਰ ਤੁਹਾਨੂੰ ਕੀ ਨਜ਼ਰ ਆਉਂਦਾ ਖਾਸ ਤੌਰ 'ਤੇ ਜਿਸ ਤਰੀਕੇ ਦੇ ਨਾਲ ਉੱਥੇ ਤਾਂ ਏਜੰਟਸ ਪੀ ਆਰ ਵੇਚ ਰਹੇ ਨੇ, ਖਾਸ ਤੌਰ 20 ਲੱਖ ਰੁਪਇਆ ਲਿਆ ਜਾ ਰਿਹਾ, ਇੱਥੋਂ ਦੇ ਕਾਲਜਸ ਦੇ ਵਿੱਚ ਵੇਖਿਆ ਜਾਵੇ ਡੇਢ ਡਿਗਰੀਆਂ ਡਿਪਲੋਮੇ ਕਰਦੇ ਆ, ਬਹੁਤਾ ਲੰਮਾ ਚੌੜਾ ਫਾਇਦਾ ਨਹੀਂ ਹੁੰਦਾ, ਕੁਛ ਡਿਪਲੋਮੇ ਤਾਂ ਇੱਦਾਂ ਦੇ ਆ ਸੰਘਾ ਸਾਹਿਬ ਜਿਹੜੇ ਐਂਟਰੀ ਕਰਨ ਦੇ ਲਈ ਸਿਰਫ ਹੈਗੇ ਕੈਨੇਡਾ ਦੇ ਅੰਦਰ, ਉਹਨਾਂ ਵਿਦਿਆਰਥੀਆਂ ਨੂੰ ਖਾਸ ਤੌਰ 'ਤੇ ਇੰਡੀਅਨ ਮਾਪਿਆਂ ਨੂੰ ਤੁਹਾਡਾ ਕੀ ਮੈਸੇਜ ਹੈਗਾ? ਮੇਰੇ ਮਾਪਿਆਂ ਨੂੰ, ਇਕੱਲੇ ਮਾਪਿਆਂ ਨੂੰ ਮੈਸੇਜ ਨਹੀਂ ਜੀ, ਮੇਰੇ ਤਾਂ ਬੱਚਿਆਂ ਨੂੰ ਵੀ ਆ ਜਿਹੜੇ ਇੱਥੇ ਬੱਚੇ ਆਉਂਦੇ ਆ, ਕਿ ਇੱਕ ਗੱਲ ਦਾ ਧਿਆਨ ਰੱਖੋ, ਤੁਹਾਨੂੰ ਇੱਥੇ ਭੇਜਣ ਵਾਸਤੇ ਤੁਹਾਡੇ ਮਾਂ ਪੇ ਨੇ ਬਹੁਤ ਮਿਹਨਤ ਕਰਕੇ ਪੈਸੇ ਕਮਾਏ ਆ, ਉਹ ਪੈਸੇ ਤੁਹਾਡੇ ਉੱਤੇ ਲਾਏ ਆ ਇੱਥੇ ਤੁਹਾਨੂੰ ਭੇਜਣ ਲਈ, ਉਹਨਾਂ ਦੇ ਉਹਨਾਂ ਦੀ ਮੁਸ਼ਕਤ ਜਿਹੜੀ ਆ, ਉਹਨਾਂ ਦੀ ਮਿਹਨਤ ਦਾ ਫਲ ਤੁਸੀਂ ਦੇਣਾ ਉਹਨਾਂ ਨੂੰ, ਤੁਸੀਂ ਉਹਨਾਂ ਵਾਸਤੇ ਉਹਨਾਂ ਦੀ ਤਰੱਕੀ ਦੀ ਸੋਚਣਾ, ਤੁਸੀਂ ਆਪਣੀ ਤਰੱਕੀ ਕਰੋਗੇ ਤਾਂ ਉਹਨਾਂ ਦੇ ਦਿਲ ਵੱਡੇ ਹੋ ਜਾਣਗੇ, ਉਹ ਖੁਸ਼ ਹੋ ਜਾਣਗੇ, ਤੁਸੀਂ ਇਕੱਲੇ ਉਹਨਾਂ ਨੂੰ ਨਹੀਂ ਖੁਸ਼ ਕਰ ਰਹੇ, ਤੁਸੀਂ ਕੈਨੇਡਾ ਨੂੰ ਵੀ ਖੁਸ਼ ਕਰ ਰਹੇ, ਤੁਸੀਂ ਕੈਨੇਡਾ ਦੇ ਵਿੱਚ ਆਪਣੀ ਇੰਟੈਗਰੇਸ਼ਨ, ਕੈਨੇਡਾ ਦੀ ਸੋਸਾਇਟੀ ਦੇ ਵਿੱਚ ਆਪਣੇ ਆਪ ਨੂੰ ਇੰਟੈਗਰੇਟ ਕਰਨ ਲਈ ਬਹੁਤ ਵਧੀਆ ਤਰੀਕੇ ਨਾਲ ਕੈਨੇਡੀਅਨ ਬਣ ਕੇ ਆਓ ਅੱਗੇ ਹੋ ਕੇ, ਤੁਹਾਨੂੰ ਬੜੇ ਫਾਇਦੇ ਮਿਲ ਰਹੇ ਆ ਇਹਦੇ ਵਿੱਚ, ਈਜ਼ੀ ਆ, ਯੂ ਗਾਏ ਆਰ ਲੱਕੀ ਟੂ ਗੈਟ ਦਿਸ ਵਨ ਐਂਡ ਯੂ ਆਰ ਗਾਏ ਆਰ ਲੱਕੀ ਟੂ ਗੈਟ ਦੀ ਬੈਨੀਫਿਟਸ ਟੂ ਗੈਟ ਯੂਅਰ ਸੈਲਫ ਇੰਟੈਗਰੇਟਡ ਇਨ ਟੂ ਦਾ ਕੈਨੇਡੀਅਨ ਕਮਿਊਨਿਟੀ, ਕੈਨੇਡੀਅਨ ਸੋਸਾਇਟੀ, ਆਓ ਅੱਗੇ ਹੋ ਕੇ ਇੱਦਾਂ ਵਧੋ ਕਿ ਇਹਦੇ ਵਿੱਚ ਤੁਸੀਂ ਆ ਕੇ ਆਪਣਾ ਹਿੱਸਾ ਯੋਗਦਾਨ ਪਾਓ ਜੀ। ਬਾਕੀ ਉੱਥੇ ਦੇ ਪੇਰੈਂਟਸ ਨੂੰ ਮੇਰੀ ਇਹ ਗੁਜ਼ਾਰਿਸ਼ ਆ, ਪੈਸੇ ਦੇ ਕੇ ਕਿਸੇ ਨਾ ਬਚੋ ਏਜੰਟਾਂ ਤੋਂ, ਕਿਸੇ ਏਜੰਟ ਦੇ ਪੱਲੇ ਨਾ ਚੜੋ, ਸਿੱਧੇ ਇੰਟਰਨੈਟ ਦੇ ਉੱਤੇ ਗੱਲ ਆ, ਬੱਚੇ ਆਪ ਇੰਟਰਨੈਟ 'ਤੇ ਜਾ ਲੈਂਦੇ ਆ, ਇੰਟਰਨੈਟ 'ਤੇ ਜਾਓ, ਆਪਣੀ ਐਪਲੀਕੇਸ਼ਨਾਂ ਭਰੋ, ਆਪਣੀ ਹੈਲਪ ਲਓ, ਕੈਨੇਡੀਅਨ ਲੋਇਰਸ ਤੋਂ ਲਓ, ਕੈਨੇਡੀਅਨ ਪੈਰਾਲੀਗਲਸ ਤੋਂ ਲਓ, ਕੈਨੇਡੀਅਨ ਰਿਪ੍ਰੈਜੈਂਟੇਟਿਵ ਤੋਂ ਲਓ, ਕਿਸੇ ਬਾਹਰਲੇ ਤੋਂ ਨਾ ਲਓ, ਉਹਦੇ ਨਾਲ ਤੁਹਾਨੂੰ ਮਿਸਗਾਈਡ ਕੀਤਾ ਜਾਂਦਾ, ਇਹਨਾਂ ਚੀਜ਼ਾਂ ਤੋਂ ਬਚੋ। ਉੱਥੇ ਸੰਗਤ ਸਾਹਿਬ ਕਾਲਜ ਦੀ ਲੈਟਰ ਦਾ ਹੀ ਲੱਖਾਂ ਰੁਪਇਆ ਲਿਆ ਜਾ ਰਿਹਾ ਕਿ ਤੁਹਾਡੀ ਕਾਲਜ 'ਚ ਐਡਮਿਸ਼ਨ ਕਰਵਾ ਰਹੇ ਹਾਂ, ਮੈਂ ਚਾਹੂੰਗਾ ਤੁਸੀਂ ਇੱਥੋਂ ਜੇ ਵਾਕਫ ਹੋ ਜਾਣੂ ਹੋ, ਪ੍ਰੋਸੀਜਰ ਕੀ ਐਡਮਿਸ਼ਨ ਦਾ, ਜੇਕਰ ਏਜੰਟ ਨਹੀਂ ਵਿੱਚ ਪਾਉਂਦੇ, ਉਹ ਕਹਿੰਦੇ ਅਸੀਂ ਐਡਮਿਸ਼ਨ ਕਿਵੇਂ ਕਰਨੀ ਹੈ, ਸਾਨੂੰ ਪਤਾ ਹੀ ਨਹੀਂ ਹੈ, ਲੈਟਰ ਕਿੱਦਾਂ ਆਊਗੀ, ਵੀਜ਼ਾ ਕਿੱਦਾਂ ਲੱਗੂਗਾ? ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਹੈ ਜੀ, ਲਿੰਕ ਕਰੋ ਜਿਹੜੇ ਇੱਥੇ ਲੋਇਰ ਬੈਠੇ ਉਹਨਾਂ ਦੇ ਨਾਲ, ਜਿਹੜੇ ਰਿਪ੍ਰੈਜੈਂਟੇਟਿਵ ਇੱਥੇ ਬੈਠੇ ਆ ਉਹਨਾਂ ਨਾਲ ਲਿੰਕ ਕਰੋ, ਉਹ ਤੁਹਾਨੂੰ ਗਾਈਡ ਕਰਨਗੇ, ਪ੍ਰੋਪਰ ਗਾਈਡੈਂਸ ਹੋਊਗੀ ਉਹ, ਔਰ ਦੇ ਆਰ ਬਾਊਂਡ ਬਾਈ ਦਾ ਰੈਗੂਲੇਸ਼ਨ, ਰੂਲਸ ਰੈਗੂਲੇਸ਼ਨ ਆਫ ਦਾ ਲੋਅ ਸੋਸਾਇਟੀਜ਼ ਜੀ, ਸਾਰੀਆਂ ਲੋਅ ਸੋਸਾਇਟੀਆਂ ਦੇ ਥੱਲੇ ਬੱਝੇ ਬੈਠੇ ਆ, ਉਹ ਗਲਤ ਨਹੀਂ ਕਰਨਗੇ, ਨਾ ਕਰਦੇ ਆ ਉਹ, ਇਸ ਕਰਕੇ ਆਪਣੇ ਆਪ ਮੇਰੀ ਗੁਜ਼ਾਰਿਸ਼ ਆ ਤੁਹਾਨੂੰ ਨੈਸ਼ਨਲ ਇੰਟਰਨੈਸ਼ਨਲੀ ਤੌਰ 'ਤੇ ਗੈਟ ਰਿਡ ਆਫ ਦੀ ਪੀਪਲ ਦੋਜ਼ ਹੂ ਵਾਂਟ ਟੂ ਜਸਟ ਚੀਟ ਯੂ ਗਾਏ। ਬਤੌਰ ਐਮ ਪੀ ਖਰਾਬ ਨਾ ਕਰੋ, ਉੱਥੇ ਬਤੌਰ ਐਮ ਪੀ ਤੁਸੀਂ ਹਾਊਸ ਆਫ ਕਾਮਨ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਚੱਕੇ ਨੇ ਜਿਨ੍ਹਾਂ ਦੇ ਕੋਈ ਨਤੀਜੇ ਵੀ ਨਿਕਲੇ ਹੋਣ ਜਾਂ ਸਰਕਾਰ ਨੇ ਤੁਹਾਡੀ ਮੰਨੀ ਹੋਵੇ? ਜਦੋਂ ਮੈਂ ਗਿਆ ਨਾ ਉਦੋਂ ਤੋਂ ਲੈ ਕੇ ਜੀ, ਮੈਂ ਦੇਖਿਆ ਵੀ ਜਿੰਨਾ ਵੱਧ ਤੋਂ ਵੱਧ ਮੈਂ ਕਰ ਸਕਦਾ ਮੈਂ ਆਪਣਾ ਰੋਲ ਉੱਥੇ ਰੱਖਿਆ ਆ, ਆਪਣੇ ਡਿਬੇਟਸ ਵਗੈਰਾ ਦੇ ਵਿੱਚ ਪਾਰਟ ਲੈਣਾ, ਜਿੰਨੀਆਂ ਵੀ ਕੋਈ ਨਵੇਂ ਐਕਟ ਜਾਂ ਹੋਰ ਚੀਜ਼ਾਂ ਹੋਣ ਉਹਨਾਂ ਵਿੱਚ ਆਪਣੀ ਪਾਰਟੀਸਪੇਸ਼ਨ ਕਰੀਦੀ ਆ। ਜਿਹੜੀ ਮੇਨ ਪਾਰਟੀਸਪੇਸ਼ਨ ਮੇਰੀ ਉਹ ਹੈਗੀ ਆ ਜੀ, ਉਹ ਹੈਗੀ ਮੇਰੀ ਕਮੇਟੀ ਪਾਰਟੀਸਪੇਸ਼ਨ ਜੀ, ਰਹੀ ਮੇਰੀ ਜਿਹੜੀ ਹੁਣ ਤੱਕ ਕਮੇਟੀ ਮੇਰੀ ਹੈਗੀ ਆ ਹਿਊਮਨ ਰਿਸੋਰਸਿਸ, ਸਕਿੱਲ ਡਿਵੈਲਪਮੈਂਟ ਐਂਡ ਦੀ ਐਂਡ ਵੁਮੈਨਸ ਐਂਡ ਡਿਸੇਬਿਲਟੀ ਪੀਪਲਸ। ਇਹਦੇ ਵਿੱਚ ਕੀ ਆ ਕਿ ਜਿਹੜੇ ਤੁਸੀਂ ਇਹ ਹੁਮਾ ਇਹਨੂੰ ਕਹਿ ਦਿੰਦੇ ਆਪਾਂ, ਇਨ ਸ਼ੋਰਟ ਹੁਮਾ ਕਮੇਟੀ, ਹੁਮਾ ਕਮੇਟੀ ਦੇ ਵਿੱਚ ਅਸੀਂ ਇਟਸ ਸੋਸ਼ਲ ਕਮੇਟੀ ਜੀ, ਇਹ ਕਹਿ ਲਓ ਕਿ ਮੈਂ ਲੋਕਲ ਮੁੱਦੇ ਜਿੰਨੇ ਵੀ ਆਪਾਂ ਬੈਠੇ ਗੱਲਾਂ ਕਰਦੇ ਹਾਂ ਇਹ ਮੁੱਦੇ ਉੱਥੇ ਚਲੇ ਜਾਂਦੇ ਆ, ਇਹਨਾਂ ਨੂੰ ਲੈ ਕੇ ਕੋਈ ਨਾ ਕੋਈ ਨਵੀਂ ਤੋਂ ਨਵੀਂ ਸਟੱਡੀ ਚੱਲਦੀ ਉੱਥੇ। ਫਿਰ ਅਸੀਂ ਸ਼ੁਰੂ 'ਚ ਪਹਿਲਾਂ ਅਸੀਂ ਟੀ ਐਫ ਡਬਲਿਊ ਟੈਂਪਰੇਰੀ ਫੋਰਨ ਵਰਕਰਸ, ਈ ਆਈ, ਦੈਨ ਨੈਸ਼ਨਲ ਹਾਊਸਿੰਗ ਸਟ੍ਰੈਟਜੀ, ਪੋਵਰਟੀ ਰਿਡਕਸ਼ਨ ਮੇਨ ਜਿਹੜੀ ਆ, ਕੈਨੇਡਾ 'ਚ ਕਹਿੰਦੇ ਪੋਵਰਟੀ ਹੈ ਨਹੀਂ ਔਰ ਅਸੀਂ ਕਹਿੰਦੇ ਹਾਂ ਪੋਵਰਟੀ ਹੈ, ਸਟੱਡੀ ਕੀਤੀ ਅਸੀਂ ਇਹਦੀ ਪੋਵਰਟੀ ਰਿਡਕਸ਼ਨ ਕਿੱਦਾਂ ਹੋਰ ਵੀ ਆਪਾਂ ਰਿਡਿਊਸ ਕਰ ਸਕਦੇ। ਦੈਨ ਅੱਜ ਕੱਲ੍ਹ ਜਿਹੜਾ ਉਹ ਸੀਨੀਅਰ ਇਸ਼ੂਜ਼, ਦੈਨ ਅੱਜ ਕੱਲ੍ਹ ਚੱਲ ਰਹੀ ਆ ਐਕਸਪੀਰੀਐਂਸ਼ੀਅਲ ਲਰਨਿੰਗ ਐਂਡ ਪਾਥਵੇ ਟੂ ਯੂਥ ਟੂ ਦਾ ਯੂਨੀਵਰਸਿਟੀ। ਪੰਜਾਬੀਆਂ ਦੇ ਸਪੈਸੀਫਿਕ ਮਸਲੇ ਤੇ ਵੀ ਤੁਸੀਂ ਆਵਾਜ਼ ਉਠਾਈ, ਇਹ ਵੀ ਸਾਰੇ ਪੰਜਾਬੀਆਂ ਦੇ ਵਿੱਚ ਹੀ ਆ ਜਾਂਦੇ, ਸੀਨੀਅਰਸ ਪੰਜਾਬੀ ਹੈਗੇ ਇੱਥੇ ਸਾਰੇ ਪੰਜਾਬੀਆਂ ਚੱਕੇ, ਪੈਨਸ਼ਨ ਦੇ ਇਸ਼ੂ ਉਹ ਵੀ ਇੱਥੋਂ ਚੱਲੇ ਆ, ਮਤਲਬ ਇਹ ਸਾਰੇ ਉਹਦੇ ਵਿੱਚ ਰਹੇ ਆ। ਸਭ ਤੋਂ ਵੱਡੀ ਜਿਹੜੀ ਮੇਰੀ ਮੈਂ ਸੋਚਦਾ ਮੇਰੀ ਪ੍ਰਾਪਤੀ ਆ ਉੱਥੇ, ਗੇਨ ਜਿਹੜਾ ਮੈਂ ਕੀਤਾ ਉਹ ਹੈਗਾ ਮੇਰਾ ਬਿੱਲ 344, ਉਹ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਆ,
ਉਹ ਕੀ ਸੀ, ਤਫਸੀਲ ਕਰ ਦਿਓ? ਉਹ ਤਫਸੀਲ ਇਹ ਹੈ ਕਿ ਇਹ ਹੈਗਾ ਜੀ ਕਮਿਊਨਿਟੀ ਬੈਨੀਫਿਟ ਐਗਰੀਮੈਂਟ, ਇਹ ਬਿੱਲ ਦਾ ਨਾਂ ਹੀ ਹੈ। ਪ੍ਰੋਕਿਓਰਮੈਂਟ ਮਿਨਿਸਟਰ ਜਿਹੜਾ ਆ ਉਹਨੂੰ ਇੱਕ ਪਾਵਰਸ ਐਕਸਟਰਾ ਹੋ ਜਾਣਗੀਆਂ ਜਦੋਂ ਅਸੀਂ ਫੈਡਰਲ ਮਨੀ ਜਿਹੜੀ ਆ ਉਹ ਅਸੀਂ ਕਿਸੇ ਇਨਫਰਾਸਟ੍ਰਕਚਰ ਦੇ ਉੱਤੇ ਇਨਵੈਸਟ ਕਰਦੀ ਹਾਂ, ਤਾਂ ਉਹਦੇ ਵਿੱਚ ਜਿਹੜਾ ਬਿਡਰ ਹੋਊਗਾ ਉਹਦਾ, ਜਿਹੜਾ ਵੀ ਬਣਾਉਣ ਵਾਲਾ ਹੋਊਗਾ ਉਹ ਉਸ ਪ੍ਰੋਜੈਕਟ ਨੂੰ, ਮੰਨ ਲਓ ਏਅਰਪੋਰਟ ਦੇ ਉੱਤੇ ਆਪਾਂ ਨਵਾਂ ਰਨਵੇ ਬਣਾਉਣਾ, ਮੈਂ ਤੁਹਾਡੇ ਨਾਲ ਗੱਲ ਕਰਦਾ ਹੁੰਦਾ, ਰਨਵੇ ਬਣਾਉਣਾ ਤਾਂ ਉਹਦੇ ਵਿੱਚ ਚਾਰ ਬਿਡਰ ਆ ਗਏ, ਚਾਰ ਬਿਡਰ ਆਪਣਾ ਆਪਣਾ ਬਿਡ ਕਰਦੇ ਆ, ਜਿਹੜਾ ਬਿਡਰ ਦਊਗਾ ਹਰ ਵੇਲੇ ਉਹਨਾਂ ਦੇ ਵਿੱਚ ਆਪਣਾ ਦਊ ਇੱਕ ਆਪਣਾ ਬੈਨੀਫਿਟ, ਸਮਾਲ ਕਲਾਜ਼ ਉਹਦੀ ਜਿਹੜੀ ਆ ਕਮਿਊਨਿਟੀ ਬੈਨੀਫਿਟ ਐਗਰੀਮੈਂਟ, ਉਹ ਇੱਕ ਸੈਪਰੇਟ ਐਗਰੀਮੈਂਟ ਹੋਊਗਾ। ਉਸ ਐਗਰੀਮੈਂਟ 'ਚੋਂ ਦੱਸੂਗਾ ਕਿ ਆਹ ਜਿਹੜਾ ਅਰਾਊਂਡ ਏਰੀਆ ਆ ਮਿਸਾਗਾ ਬਰੈਂਪਟਨ ਜਾਂ ਟਰੰਟੋ, ਇੱਥੇ ਮੈਂ ਆਪਣੇ ਇਸ ਬਜਟ ਦੇ ਵਿੱਚੋਂ ਇਸ ਕਮਿਊਨਿਟੀ ਵਾਸਤੇ ਕੀ ਸਪੈਸ਼ਲ ਕੰਮ ਕਰੂੰਗਾ। ਇੰਡੀਆ ਦੇ ਵਿੱਚ ਵੇਖਿਆ ਜਾਵੇ ਤਾਂ ਸੰਘਾ ਸਾਹਿਬ ਐਮ ਪੀ ਦਾ ਵਰਕ ਕਲਚਰ ਥੋੜ੍ਹਾ ਹੋਰ ਤਰ੍ਹਾਂ ਦਾ, ਸਾਰੀਆਂ ਚੀਜ਼ਾਂ ਤਮਾਮ ਚੀਜ਼ਾਂ ਐਮ ਪੀ ਦੇ ਅੰਡਰ ਆਉਂਦੀਆਂ ਨੇ, ਇਹਨਾਂ ਮੁਲਕਾਂ 'ਚ ਮੇਅਰ ਦੇ ਕੋਲ ਜਿਹੜਾ ਹੈ ਉਹ ਜ਼ਿਆਦਾ ਪਾਵਰ ਵੇਖੀ ਗਈ ਹੈ, ਥੋੜ੍ਹਾ ਐਮ ਪੀ ਦਾ ਵਰਕ ਕਲਚਰ ਤਫਸੀਲ ਕਰੋ ਕਿ ਇੰਡੀਆ ਦੇ ਨਾਲ ਥੋੜ੍ਹਾ ਕੰਪੈਰੀਜ਼ਨ ਕਰਕੇ ਕਿ ਇੱਥੇ ਅਤੇ ਉੱਥੋਂ 'ਚ ਫਰਕ ਕੀ ਹੈ, ਇੱਥੇ ਐਮ ਪੀ ਦੇ ਕੋਲ ਕਿਹੜੀਆਂ ਪਾਵਰਸ ਹੁੰਦੀਆਂ ਨੇ? ਇੰਡੀਆ ਦੇ ਤਾਂ ਉੱਥੇ ਦੀਆਂ ਜਿਹੜੀਆਂ ਪਾਵਰ ਹੈ ਜੀ, ਕੋਨਸਟੀਟਿਊਸ਼ਨ ਤਾਂ ਸੇਮ ਹੀ ਆ, ਕੋਈ ਐਡਾ ਜ਼ਿਆਦਾ ਫਰਕ ਨਹੀਂ ਗਾ, ਪਰ ਉਹ ਜਿੱਦਾਂ ਕਹਿ ਲਓ ਵੀ ਉਹਨੂੰ ਇੰਪਲੀਕੇਸ਼ਨ ਉਹਨੂੰ ਲਾਗੂ ਕਰਨ ਦੇ ਵਿੱਚ ਜੋ ਵੀ ਕਰਦੇ ਹੋ ਡਿਫਰੈਂਟ ਤਰੀਕਾ ਉਹਦਾ ਹੈਗਾ ਆ, ਲੈਟਸ ਨੋਟ ਗੋ ਡੀਪ ਇਨ ਟੂ ਦੈਟ, ਬਹੁਤਾ ਜਾ ਕੇ ਤਾਂ ਫਿਰ ਆਪਾਂ ਦੋਨਾਂ ਨੂੰ ਉਹਨੂੰ ਕਨਫਿਊਜ਼ ਆਪਣੇ ਆਪ ਨੂੰ ਕਰ ਲੈਂਦੇ ਦੋਨਾਂ ਨੂੰ ਵੰਡਣ, ਕਿਉਂਕਿ ਫਰਕ ਬੜਾ ਪੈ ਜਾਂਦਾ ਫਿਰ ਅੱਗੇ ਆ ਕੇ। ਇੱਥੇ ਦੀਆਂ ਡਿਊਟੀਆਂ ਜਿਹੜੀਆਂ ਹੈਗੀਆਂ ਸਾਡੀਆਂ, ਮੇਨ ਡਿਊਟੀ ਜਿਹੜੀ ਆ ਉਹ ਹੈਗੀ ਸਾਡੀ ਹਾਉ ਟੂ ਪੁੱਟ ਯੂਰ ਸੈਲਫ ਇਨ ਟੂ ਦ ਸਿਸਟਮ ਐਜ਼ ਏ ਫਰੇਮਰ ਆਫ ਦ ਲਾਅ, ਲਾਅ ਫਰੇਮ ਕਰ ਰਹੇ ਹਾਂ ਉਹਨਾਂ ਦੇ ਵਿੱਚ ਤੁਸੀਂ ਕੀ ਪਾਰਟ ਪਲੇ ਕਰ ਰਹੇ, ਵਾਟ ਇਜ਼ ਯੂਅਰ ਡਿਊਟੀ ਟੂ ਬੀ ਐਜ਼ ਏ ਮੈਂਬਰ ਪਾਰਲੀਮੈਂਟ, ਯੂ ਹੈਵ ਟੂ ਥਿੰਕ ਅਬਾਊਟ ਯੂਅਰ ਓਨ ਰਾਈਡਿੰਗ, ਕਿ ਮੈਂ ਜਿਹੜਾ ਨਵਾਂ ਲਾਅ ਬਣ ਰਿਹਾ ਇਹਦੇ ਵਿੱਚ ਮੈਂ ਆਪਣੀ ਰਾਈਡਿੰਗ ਦੇ ਆਪਣੇ ਕੰਸਟੀਚੁਐਂਸ ਨੂੰ ਆਪਣੀ ਰਾਈਡਿੰਗ ਨੂੰ ਕੀ ਉਹਦੇ ਵਿੱਚ ਬੈਨੀਫਿਟ ਲੈ ਕੇ ਦੇ ਸਕਦਾ। ਕੀ ਤੁਸੀਂ ਆਪਣੀ ਰਾਈਡਿੰਗ 'ਚ ਇੰਨੇ ਕੁ ਬੈਨੀਫਿਟ ਦਿੱਤੇ ਨੇ ਕਿ ਇਸ ਵਾਰ ਤੁਹਾਨੂੰ ਲੋਕ ਫਿਰ ਮੌਕਾ ਦੇਣਗੇ? ਇੱਥੇ ਕੋਈ ਇੱਦਾਂ ਦੇ ਬੈਨੀਫਿਟ ਹੈ ਨਹੀਂ ਜਿਹੜੇ ਕਿ ਮੈਨੂੰ ਇੱਦਾਂ ਮੈਂ ਵੰਡ ਦਿੰਦਾ ਗੂਥਲੀਆਂ ਲੈ ਕੇ ਜਿੱਦਾਂ ਤੁਸੀਂ ਕੰਪੇਅਰ ਕਰਦੇ ਇੰਡੀਆ ਦੇ ਨਾਲ, ਉਹ ਤੋਂ ਬਾਹਰ ਆ ਕੇ ਗੱਲ ਕਰੀਏ ਆਪਾਂ, ਉੱਥੇ ਇੱਥੇ ਇੱਦਾਂ ਹੈ ਨਹੀਂ ਮੇਰੇ ਕੋਲ ਕੋਈ ਬਜਟ ਨਹੀਂ ਇੱਦਾਂ ਦਾ ਜਿਹਦੇ 'ਚੋਂ ਮੈਂ ਪੈਸੇ ਬਣਦਾ ਜਾਂ ਕੁਛ, ਨਾ ਇੱਦਾਂ ਦਾ ਕੁਛ ਨਹੀਂ ਗਾ ਇਹਦਾ। ਮੈਂ ਉੱਥੇ ਬੈਠਾ ਪਾਰਟ ਪਲੇ ਕਰਦਾ ਜਦੋਂ ਕੋਨਸਟੀਟਿਊਸ਼ਨ ਬਣਦਾ ਜਾਂ ਸੋਰੀ ਲਾਅ ਬਣਦਾ, ਜਦੋਂ ਆਈ ਐਮ ਦਾ ਫਰੇਮਰ ਆਫ ਦਾ ਲਾਅ, ਵਨ ਅਮੰਗ ਦਾ ਫਰੇਮਰਸ ਆਫ ਦਾ ਲਾਅ, ਉਹਦੇ ਵਿੱਚ ਮੈਂ ਇਹ ਦੇਖਣਾ ਹੁੰਦਾ ਕਿ ਮੈਂ ਕੀ ਕਰ ਰਿਹਾ ਉਹਦੇ ਵਿੱਚ, ਆਪਣਾ ਪਾਰਟ ਕੀ ਪਲੇ ਕਰ ਰਿਹਾ, ਮੈਂ ਸਟੱਡੀ ਹੋ ਰਹੀ ਆ ਦੂਜੇ ਦੀ, ਲੈਟ ਮੀ ਗਿਵ ਏ ਐਗਜ਼ੈਂਪਲ, ਸਟੱਡੀ ਹੋ ਰਹੀ ਆ ਹੋਮਾ ਕਮੇਟੀ ਦੇ ਵਿੱਚ, ਮੈਂ ਬੈਠਾ ਕਮੇਟੀ ਦੇ ਵਿੱਚ, ਤਾਂ ਮੈਂ ਇਹ ਸੋਚੂਗਾ ਕਿ ਜੇ ਇਹ ਸਟੱਡੀ ਰਿਗਾਰਡਿੰਗ ਐਕਸਪੀਰੀਐਂਸ਼ੀਅਲ ਲਰਨਿੰਗ ਐਂਡ ਪਾਥਵੇ ਆਫ ਦਾ ਸਟੂਡੈਂਟਸ, ਹਾਓ ਟੂ ਬ੍ਰਿੰਗ ਦਮ ਫਰੋਮ ਸਕੂਲ ਟੂ ਦਾ ਵਰਕ ਫੋਰਸ, ਇਹਨਾਂ ਨੂੰ ਕੀ ਆਪਾਂ ਬੈਨੀਫਿਟ ਦੇਣੇ ਆ, ਮੈਂ ਸਭ ਤੋਂ ਪਹਿਲਾਂ ਇਹ ਸੋਚੂਗਾ ਮੇਰੀ ਰਾਈਡਿੰਗ ਵਿੱਚ ਕਿੱਦਾਂ ਇਹ ਹੋਊਗਾ, ਮੇਰੀ ਰਾਈਡਿੰਗ 'ਚ ਕਿਹੜੇ ਕਿਹੜੇ ਬਿਜ਼ਨਸ ਹੈਗੇ ਆ ਜਾਂ ਕਿਹੜੇ ਕਿਹੜੇ ਉਹ ਹੈਗੇ ਆ ਸਟੂਡੈਂਟਸ, ਕਿੱਦਾਂ ਸਕੂਲ ਹੈਗੇ ਆ ਜਿਹਨਾਂ 'ਚ ਸਕੂਲ ਸਟੂਡੈਂਟਸ ਆਪਣੇ ਆਪ ਨੂੰ ਕਮਿਊਨਿਟੀ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਕਿੱਦਾਂ ਲਿਜਾ ਸਕਦੇ ਆਪਣੇ ਆਪ ਈਜ਼ੀਲੀ, ਠੀਕ ਹੈ ਨਾ, ਜਾਂ ਦੇ ਵਾਂਟ ਟੂ ਬਿਕਮ ਏ ਇੰਟਰਪ੍ਰੀਨਿਓਰ ਸਕੂਲ ਛੱਡ ਕੇ ਯੂਨੀਵਰਸਿਟੀ ਛੱਡ ਕੇ, ਤਾਂ ਉਹ ਇੰਟਰਪ੍ਰੀਨਿਓਰਸ਼ਿਪ ਦੇ ਵਿੱਚ ਜਾਣ ਲਈ ਉਹਨਾਂ ਨੂੰ ਕਿੱਦਾਂ ਲਿਆਇਆ ਜਾ ਸਕਦਾ, ਉਹ ਮੈਂ ਆਪਣੇ ਰਾਈਡਿੰਗ ਦੇ ਬਾਰੇ ਵੀ ਸੋਚੂਗਾ ਪਹਿਲਾਂ। ਇਹ ਆ ਮੇਰਾ ਤਰੀਕਾ ਪਾਰਟ ਪਲੇ ਕਰਨ ਦਾ, ਦੈਟਸ ਦਾ ਹਾਓ ਆਈ ਕੰਟਰੀਬਿਊਟ ਟੂ ਮਾਈ ਕਮਿਊਨਿਟੀ, ਦੈਟਸ ਦਾ ਹਾਓ ਆਈ ਗਿਵ ਇਟ ਟੂ ਮਾਈ ਕਮਿਊਨਿਟੀ। ਹਾਂ, ਜਦੋਂ ਕਿਤੇ ਕੋਈ ਇਨਵੈਸਟਮੈਂਟ ਦੀ ਗੱਲ ਆ ਜਾਂਦੀ ਆ, ਇਨਫਰਾਸਟ੍ਰਕਚਰ ਇਨਵੈਸਟਮੈਂਟਸ, ਉਸ ਲਈ ਵੀ ਮੈਂ ਸੋਚਦਾ ਕਿ ਲੈਟ ਮੀ ਗੋ ਐਂਡ ਕ੍ਰੀਏਟ ਇਨਫਲੂਐਂਸ ਔਨ ਟੂ ਦਾ ਮਿਨਿਸਟਰ ਔਰ ਸਮਵੇਅਰ, ਲੈਟ ਇਟ ਕਮ ਟੂ ਮਾਈ ਰਾਈਟਿੰਗ। ਸਾਡੇ ਵੀ ਹਾਊਸਿੰਗ ਦੀ ਲੋੜ ਆ, ਸੀਨੀਅਰ ਹਾਊਸਿੰਗ ਦੀ ਮੈਨੂੰ ਵੀ ਲੋੜ ਆ, ਸੋ ਵਟ ਵੀ ਕੈਨ ਡੂ ਫੋਰ ਆਵਰ ਰਾਈਡਿੰਗ, ਵਿਚ ਵੇ ਆਈ ਕੈਨ ਗੋ ਟੂ ਗੈਟ ਬੈਨੀਫਿਟ ਫੋਰ ਮਾਈ ਰਾਈਡਿੰਗ, ਇੱਦਾਂ ਦੇ ਕੰਮ ਹੈ ਜਿਹੜੇ ਆਪਾਂ ਕਰ ਸਕਦੇ। ਸੰਘਾ ਸਾਹਿਬ, ਜਗਬਾਣੀ ਟੀਵੀ ਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਵੀਰ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਬਹੁਤ ਖੁਸ਼ੀ ਹੋਈ ਮਿਲ ਕੇ, ਥੈਂਕਸ ਫੋਰ ਟੇਕਿੰਗ ਮੀ ਇਨ। ਤਾਂ ਇਸ ਤਰ੍ਹਾਂ ਰਮੇਸ਼ਵਰ ਸੰਘਾ ਜਿਹੜੇ ਕਿ ਬਰੈਂਪਟਨ ਸੈਂਟਰ ਤੋਂ ਐਮ ਪੀ ਨੇ, ਤਫਸੀਲ 'ਚ ਹਰ ਮਸਲੇ 'ਤੇ ਉਹਨਾਂ ਨੇ ਗੱਲਬਾਤ ਕੀਤੀ ਹੈ। ਖਾਸ ਗੱਲ ਇਹ ਨਿਕਲੀ ਹੈ ਕਿ ਸਟੂਡੈਂਟਸ ਜਿਹੜੇ ਲਗਾਤਾਰ ਇੱਥੇ ਆ ਰਹੇ ਨੇ, ਉਹਨਾਂ ਨੂੰ ਸੰਘਾ ਸਾਹਿਬ ਨੇ ਅਪੀਲ ਕੀਤੀ ਹੈ ਕਿ ਇਹ ਬਹੁਤ ਚੰਗੀ ਓਪਰਚੁਨਿਟੀ ਹੈ, ਤਾਂ
ਫਾਲਤੂ ਸਮਾਂ ਜ਼ਾਇਆ ਕਰਨ ਦੀ ਬਜਾਏ ਸਟੱਡੀ ਅਤੇ ਕੰਸਲਟੇਸ਼ਨ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਹੈ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਔਰ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਡਾਇਰੈਕਟ ਅਪਰੋਚ ਕੀਤੀ ਜਾਵੇ ਇੱਥੋਂ ਦੇ ਜਿਹੜੇ ਮਾਹਿਰ ਲੋਕ ਨੇ, ਬਲਕਿ ਇੰਡੀਆ 'ਚ ਬੈਠੇ ਏਜੰਟਾਂ ਤੋਂ ਠੱਗੀ ਦਾ ਸ਼ਿਕਾਰ ਨਾ ਹੋਇਆ ਜਾਵੇ। ਆਪਣੇ ਸਹਿਯੋਗੀ ਨਰੇਸ਼ ਕੁਮਾਰ ਅਰੋੜਾ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ ਟੀਵੀ, ਬ੍ਰਹਮਟਨ।